ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪਰਮਜੀਤ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਪੀਲੇ ਚੌਲ ਜਰਦਾ ਜਿਹੜਾ ਕਿ ਆਮ ਵਿਆਹਾਂ ਸ਼ਾਦੀਆਂ ਦੇ ਵਿੱਚ ਬਣਦਾ ਹੈ ਪਰ ਬੜੀ ਵਧੀਆ ਪੰਜਾਬੀਆਂ ਦੀ ਸਵੀਟ ਡਿਸ਼ ਹੈ ਤਾਂ ਆਓ ਫਿਰ ਆਪਾਂ ਬਣਾਈਏ ਜਰਦਾ ਇਹਦੇ ਵਾਸਤੇ ਆਪਾਂ ਕੀ ਕੀਤਾ ਵੀ 2 ਮੇਜ਼ਰਿੰਗ ਕੱਪ ਲੈ ਕੇ ਮੈਂ ਚੌਲਾਂ ਦੇ ਤੇ ਹੁਣ ਤੋਂ ਮੈਂ 15-20 ਮਿੰਟ ਪਹਿਲਾਂ ਉਹਨਾਂ ਨੂੰ ਮੈਂ ਧੋ ਸਵਾਰ ਕੇ ਤੇ ਪਾਣੀ ਦੇ ਵਿੱਚ ਭਿਉਂ ਕੇ ਰੱਖ ਦਿੱਤਾ ਸੀਗਾ ਤੇ 2 ਕੱਪ ਲਏ ਆਪਾਂ ਚੌਲਾਂ ਦੇ ਬਾਸਮਤੀ ਦੇ ਚੌਲ ਤਾਂ 1.5 ਕੱਪ ਚੀਨੀ ਲਈ ਆਪਾਂ ਥੋੜੇ ਜਿਹੇ ਕਾਜੂ ਲਏ ਆ ਤੇ 20 ਬਦਾਮ ਲਏ ਸੀ ਉਹ ਕਟਿੰਗ ਕਰ ਲਈ ਹੈ ਬਰੀਕ ਤੇ ਥੋੜੇ ਜਿਹੇ ਆਪਾਂ ਲਏ ਆ ਕਿਸ਼ਮਿਸ਼ ਲਈ ਹੈ 5 ਇਲਾਇਚੀਆਂ ਲਈ ਹੈ ਆਪਾਂ ਛੋਟੀਆਂ ਤੇ 4 ਲੌਂਗ ਲਏ ਆ ਥੋੜਾ ਜਿਹਾ ਦੇਸੀ ਘਿਓ ਲਿਆ ਤੇ ਅੱਧਾ ਨਾਰੀਅਲ ਦਾ ਗੋਲਾ ਲੈ ਕੇ ਤੇ ਉਹਨੂੰ ਲੰਬੇ ਲੰਬੇ ਪੀਸਾਂ ਦੇ ਵਿੱਚ ਕੱਟ ਲਿਆ ਤਾਂ ਆਪਾਂ ਕੇਸਰੀ ਰੰਗ ਕੇਸਰ ਨਾਲ ਲੈ ਆਉਂਦੇ ਆ ਪਰ ਮੈਂ ਕੇਸਰ ਨਾਲ ਉਹ ਰੰਗ ਨਹੀਂ ਮਿਲਦਾ ਆਉਂਦਾ ਜਿਹੜਾ ਆਪਾਂ ਨੂੰ ਜਰਦੇ ਵਾਲਾ ਰੰਗ ਚਾਹੀਦਾ ਹੁੰਦਾ ਪਰ ਇਹਦੇ ਵਾਸਤੇ ਫਿਰ ਮੈਂ ਪਾ ਰਹੀ ਆ ਔਰੇਂਜ ਰੈਡ ਕਲਰ ਜਰਦੇ ਵਾਲਾ ਰੰਗ ਮੈਂ ਕੋਲੋਂ ਪਾਣੀ ਉਬਲਣ ਵਾਸਤੇ ਰੱਖ ਦਿੱਤਾ ਸੀਗਾ ਪਾਣੀ ਥੋੜਾ ਜਿਹਾ ਆਪਾਂ ਖੁੱਲਾ ਹੀ ਲਵਾਂਗੇ ਇਹ ਮੈਂ 2.5 ਲੀਟਰ ਪਾਣੀ ਲੈ ਲਿਆ ਸੀਗਾ 2 ਕੱਪ ਚੌਲਾਂ ਵਾਸਤੇ 2.5 ਲੀਟਰ ਪਾਣੀ ਲੈ ਲਿਆ ਸੀਗਾ ਉਹਨੂੰ ਮੈਂ ਢੱਕ ਕੇ ਤੇ ਉਬਲਣਾ ਰੱਖ ਦਿੱਤਾ ਸੀਗਾ ਚੌਲਾਂ ਨੂੰ ਪਾਣੀ ਉਬਾਲਣ ਵੇਲੇ ਨਾ ਆਪਾਂ ਥੋੜਾ ਜਿਹਾ ਕਲਰ ਵਿੱਚ ਪਾ ਦਾਂਗੇ ਪਹਿਲਾਂ ਪਾਣੀ ਚ ਘੋਲ ਲਾਂਗੇ ਫਿਰ ਉਹਦੇ ਵਿੱਚ ਆਪਾਂ ਚੌਲ ਉਬਾਲਾਂਗੇ ਜਿਹੜੇ ਪਹਿਲਾਂ ਭਿਉਂ ਕੇ ਆਪਾਂ ਰੱਖ ਦਿੰਨੇ ਆ ਚੌਲ ਇਸ ਤਰ੍ਹਾਂ ਤਾਂ ਉਹ ਬਹੁਤ ਵਧੀਆ ਬਣਦੇ ਆ ਇਹਨਾਂ ਦੀ ਲੰਬਾਈ ਵੀ ਕਾਫੀ ਹੱਦ ਤੱਕ ਵੱਧ ਜਾਂਦੀ ਹੈ ਚੌਲਾਂ ਦੀ ਤੇ ਵੈਸੇ ਵੀ ਖਿਲੇ ਖਿਲੇ ਬਣਦੇ ਆ ਪਾਣੀ ਵਾਲੇ ਤੇ ਆ ਗਏ ਆਪਾਂ ਹੁਣ ਇਹਦੇ ਵਿੱਚ ਆਪਾਂ ਚੌਲ ਉਬਾਲ ਲਾਂਗੇ ਚੌਲ ਆਪਣੇ ਉਬਲਣ ਲੱਗ ਗਏ ਇਹਨਾਂ ਨੂੰ ਆਪਾਂ ਨਾ 80% ਤੱਕ ਹੀ ਕੁੱਕ ਕਰਾਂਗੇ ਪੂਰਾ ਆਪਾਂ ਨਹੀਂ ਪਕਾਵਾਂਗੇ ਹਜੇ ਹੋਰ ਇਹਨੂੰ ਪੱਕਣ ਦੇਵਾਂਗੇ ਆਪਾਂ ਆਪਣੇ ਕੁੱਕ ਹੋ ਗਏ ਮਤਲਬ ਚੌਲ ਖੜਵੇਂ ਜਿਹੇ ਰੱਖਾਂਗੇ ਆਪਾਂ ਪੂਰੀ ਤਰ੍ਹਾਂ ਇਹਨਾਂ ਨੂੰ ਪਕਾਵਾਂਗੇ ਨਹੀਂ ਤਾਂ ਗੈਸ ਦੀ ਫਲੇਮ ਕਰਾਂਗੇ ਆਫ ਤੇ ਇਹਨਾਂ ਨੂੰ ਆਪਾਂ ਛਾਣ ਲਾਂਗੇ ਇਹਨਾਂ ਚੋਂ ਆਪਾਂ ਸਾਰਾ ਪਾਣੀ ਕੱਢ ਦਾਂਗੇ ਸਾਰੇ ਪਾਣੀ ਚੋਂ ਕੱਢ ਦਾਂਗੇ ਬਿਲਕੁਲ ਚੰਗੀ ਤਰ੍ਹਾਂ ਆਪਾਂ ਪਾਣੀ ਛਾਣ ਲਾਂਗੇ ਇਸ ਤਰ੍ਹਾਂ ਮੇਰੇ ਮਦਰ ਤਾਂ ਕੀ ਕਰਦੇ ਹੁੰਦੇ ਸੀ ਵੀ ਇਹਨਾਂ ਨੂੰ ਛਾਣ ਕੇ ਨਾ ਚੰਗੀ ਤਰ੍ਹਾਂ ਪਾਣੀ ਕੱਢ ਕੇ ਤਾਂ 1 ਪੂਣੇ ਦੇ ਉੱਪਰ ਵਿਛਾ ਦਿੰਦੇ ਹੁੰਦੇ ਸੀ ਵੀ ਜਿਹੜਾ ਬਿਲਕੁਲ ਇਹਨਾਂ ਦਾ ਕੁਕਿੰਗ ਪ੍ਰੋਸੈਸ ਜਿਹੜਾ ਰੁਕ ਜੇ ਜਲਦੀ ਇਹ ਠੰਡੇ ਹੋ ਜਾਣ ਇਹਨਾਂ ਨੂੰ ਆਪਾਂ ਨਾ ਇਸ ਤਰ੍ਹਾਂ ਵੀ ਜ਼ਿਆਦਾ ਓਵਰ ਕੁੱਕ ਨਾ ਹੋ ਜਾਣ ਕਿਸੇ ਖੁੱਲੇ ਭਾਂਡੇ ਦੇ ਵਿੱਚ ਇਸ ਤਰ੍ਹਾਂ ਆਪਾਂ ਹਵਾ ਕੱਢ ਦਾਂਗੇ ਇਹਨਾਂ ਦੀ ਕੜਾਈ ਗੈਸ ਤੇ ਰੱਖ ਕੇ ਸਭ ਤੋਂ ਪਹਿਲਾਂ ਵਿੱਚ ਪਾ ਦਾਂਗੇ ਦੇਸੀ ਘਿਓ ਘਿਓ ਭਾਵੇਂ ਦੇਸੀ ਹੋਵੇ ਭਾਵੇਂ ਡਾਲਡਾ ਪਰ ਜਿਹੜਾ ਜਰਦਾ ਹੁੰਦਾ ਇਹ ਦੇਸੀ ਘਿਓ ਨਾਲ ਬਹੁਤ ਟੇਸਟੀ ਬਣਦਾ ਬੜਾ ਵਧੀਆ ਬਣਦਾ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਡਰਾਈ ਫਰੂਟ ਉਹ ਵਿੱਚ ਫਰਾਈ ਕਰਾਂਗੇ ਬਦਾਮ ਕਾਜੂ ਬਿਲਕੁਲ ਆਪਾਂ ਨਾ ਸਲੋ ਗੈਸ ਤੇ ਆਪਾਂ ਕਰਾਂਗੇ ਵੀ ਜਿਹੜਾ ਇਹਨਾਂ ਦਾ ਰੰਗ ਨਾ ਜ਼ਿਆਦਾ ਖਰਾਬ ਮਤਲਬ ਬਦਲੇ ਤੇ
कोकोनट कोपा करी मठी मठी अग ते आप इन फ्राई कर लांगे मीडियम आंच ते जिन्हू कह दें आप हूं बिच पा देंगे जेडे अपने को चार लौंग है वह भी साढ़े पिंडां दे विच तां की रिवाज है भी मैरिज तो एक दिन पहला हुंदा शाम दी रोटी नाल हुंदा दही जरदा यह आपां छोटियां जिहड़ियां पंज इलायचियां सी उन्हां दे आपां दाणे कढ ले एक एक करके वह भी आपां विच पा लांगे मीडियम आंच ते अपना ना यह हो चुका है ड्राई फ्रूट है जिहड़ा फ्राई कर लिया आपां तां हुण थोड़ा जिहा ड्राई फ्रूट आपां उपर गार्निश वास्ते रख लांगे कढ लांगे इहदे विचों हुण इहदे विच आपां जिहड़े चौल सीगे उह विच मिक्स कर दांगे सारी मिक्स कर हो गया जो अपना ड्राई फ्रूट ते उपर आप पा देंगे जिहड़ी अपने कोले चीनी है डेढ़ कप गैस की फ्लेम बिलकुल जे तुहाडे कोले भारे तले वाली कढ़ाई है ता बिलकुल मीडियम ते कर दो स्लो ते सॉरी मीडियम ते कहने बिलकुल स्लो ते जे स्लो ते नहीं जे भारे तले वाली कढ़ाई नहीं हैगी तो थले ना तवा रख के ता उपर ए रख दो कढ़ाई इन हल्के हाथ नाल हिला के आपां ते उत्ते जेड़े ए अपने कोले मेवे है किशमिश वो भी आपां विच हल्के हाथ नाल उपर हिला दिने आ मिक्स कर दिने आ ध्यान रखो भी अपने चौल ना टुटन जेड़ा भी दलिया जा ना बन जाए चावलों का हुण इहनू ना गैस तां वैसे ही फ्लेम तां अपनी स्लो है पर इहदे ते भी मैं ही रिंग रख दूंगी क्योंकि वैसे ते भारी तले वाली कढ़ाई है थोड़ा जा आंच जिहड़ी घट ही चाहीदी है तां इहनू दम दे के आपां 8-10 मिंटां वास्ते इसे तरह पकावांगे 10 ਕੁ ਮਿੰਟ ਹੋ ਗਏ 10 ਕਿ ਕਹਿੰਦੀ ਸੌਰੀ 7-8 ਹੁਣ ਇਹਨੂੰ ਨਾ ਥੋੜੀ ਜਿਹੀ ਚਾਸਨੀ ਹੈਗੀ ਹੁਣ ਉੱਪਰੋਂ ਆਪਾਂ ਥੋੜਾ ਜਿਹਾ ਉੱਪਰੋਂ ਨੰਗਾ ਕਰਕੇ ਜਿਵੇਂ ਥੋੜੀ ਜਿਹੀ ਚਾਸਨੀ ਆ ਵੇਖੋ ਹੈਗੀ ਹੈ ਹਜੇ ਵਿੱਚ ਇਹਨਾਂ ਨੂੰ ਆਪਾਂ ਓਪਨਲੀ ਪਕਾਵਾਂਗੇ चाशनी है बिल्कुल है सुख चुकी अपनी हूं यदि आप करेंगे प्रेजेंटेशन गैस की फ्लेम करेंगे आप यदि करेंगे आप प्रेजेंटेशन भी बस अपने कोले जरदा बन के रेडी है जिन्हों की मैं उपरों गार्निश किया है ड्राई फ्रूट नाल बूंदी वाले दही नाल थोड़ा जिहा हल्का जिहा बूंदी वाले दही दे विच नमक ते काली मिर्च पा लो इन्ना टेस्टी ते इन्ना वधिया कंबीनेशन हुंदा है ना भी बहुत वधिया व्यूअर्स अगर मेरी आज की वीडियो तुम पसंद आती है तो इन लाइक करना फैमिली फ्रेंड के साथ शेयर करना जो व्यूअर्स मेरे चैनल के फर्स्ट टाइम वीडियो देख रहे हैं उन्होंने रिक्वेस्ट है भी प्लीज मेरे चैनल को सब्सक्राइब जरूर करना जिहड़ा कि बिल्कुल फ्री है तो मैनू कमेंट बॉक्स के जरूर दसना भी तुहानू मेरी रेसिपी किस तरह की लगी और मेरी सारी वीडियो देखने लिए तुहाडा बहुत बहुत थैंक यू।